ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਨੀਰੂ ਬਿਜਲਵੰਤ, ਅਤੇ ਮੇਰੇ ਨਾਲ ਇੱਥੇ ਨੈਸ਼ਨਲ ਅਵਾਰਡ ਜੇਤੂ ਸ਼ੇਸ਼ਨਦੀਪ ਪਰਨਿੰਮ। ਅਤੇ ਸਭ ਤੋਂ ਵੱਡੀ ਗੱਲ, ਤੁਸੀਂ ਪਹਿਲੇ ਹੀ ਪੰਚਾਇਤਾਂ ਚੋਣਾਂ ਦੇ ਵਿਚਕਾਰ ਜਿੱਤ ਹਾਸਲ ਕੀਤੀ ਹੈਗੀ, ਤੁਹਾਨੂੰ ਲੱਗਦਾ ਕਿ ਹੁਣ ਜੇ ਪੰਚਾਇਤਾਂ ਚੋਣਾਂ ਆਉਣ ਵਾਲੀਆਂ ਨੇ, ਕਿਹਾ ਜਾ ਰਿਹਾ ਕਿ ਨਿਰਪੱਖ ਹੋ ਕੇ ਕਿਸੇ ਨੂੰ ਵੀ ਕਹਿ ਦਿਓ ਕਿ ਇਹ ਪੰਚ ਬਣ ਜਾਵੇ, ਸਰਪੰਚ ਬਣ ਜਾਵੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਿੱਥੇ ਲੋਕਾਂ ਦੀ ਰਾਹਤ ਲਈ ਕਈ ਅਹਿਮ ਕਦਮ ਚੁੱਕੇ, ਉੱਥੇ ਹੀ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਹ ਫੜੀ। ਇਸੇ ਦੇ ਤਹਿਤ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ, ਇਸੇ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਲਈ ਉਪਰਾਲਾ ਕੀਤਾ ਗਿਆ। ਉਹਨਾਂ ਦਾ ਮਾਨ ਸਾਹਿਬ ਦਾ, ਮੁੱਖ ਮੰਤਰੀ ਪੰਜਾਬ ਦਾ ਮੈਂ ਧੰਨਵਾਦ ਕਰਦਾ ਹਾਂ, ਪਰਿਵਾਰ ਵੱਲੋਂ, ਆਪਣੇ ਵੱਲੋਂ, ਸਾਰੇ ਨਗਰ ਨਿਵਾਸੀਆਂ ਵੱਲੋਂ। ਹਾਂਜੀ, ਜੋ ਸਾਡੇ ਨਾਲ ਉਹ ਆਪਣਾ ਟਾਈਮ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਦੁੱਖ ਸਾਂਝਾ ਕਰਨ ਆਏ। ਹਾਂਜੀ, ਸਾਨੂੰ ਮਾਲੀ ਸਹਾਇਤਾ ਦੇ ਕੇ ਗਏ। ਹਾਂਜੀ, ਪਰਿਵਾਰ ਨੂੰ ਭਰੋਸਾ ਦੇ ਕੇ ਗਏ। ਬਾਕੀ ਕੋਈ ਬੇਟੀ ਨੂੰ ਜੋਬ ਦੇਵਾਂਗੇ, ਤੁਹਾਨੂੰ ਪੈਨਸ਼ਨ ਵੀ ਲਵਾਵਾਂਗੇ, ਬਾਕੀ ਸਾਨੂੰ ਮਾਲੀ ਸਹਾਇਤਾ 1 ਕਰੋੜ ਦੀ ਰਾਸ਼ੀ ਦੇਗਾ। ਪੰਜਾਬ ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ, ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਈਆ ਸਨਮਾਨ ਰਾਸ਼ੀ ਦੇ ਤੌਰ 'ਤੇ ਦਿੱਤਾ ਜਾਊਗਾ। ਇਹ ਮੁਮਕਿਨ ਹੈਗਾ ਜੀ? ਇਹ ਨਹੀਂ ਕਿਹਾ ਜਾ ਰਿਹਾ ਕਿ ਕਿਸੇ ਨੂੰ ਵੀ ਕਹਿ ਦਿਓ, ਹੈ ਨਾ। ਸਾਨੂੰ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਜੋ ਸਰਪੰਚ ਜਾਂ ਪੰਚ ਬਣ ਕੇ ਪਿੰਡ ਲਈ ਕੁਛ ਕਰਨਾ ਚਾਹੁੰਦੇ ਆ। ਜੇਕਰ ਆਪਾਂ ਗੱਲ ਕਰੀਏ ਕਿ ਵੀ ਜਿਹਨੇ ਹੁਣ ਕਹਿਤਾ ਯਾਰ ਵੀ ਠੀਕ ਹੈ ਆਪਾਂ ਇਹ ਚੀਜ਼ਾਂ ਕਰੋ, ਹੈ ਨਾ, ਮਤਲਬ ਜਿਵੇਂ ਹੁੰਦਾ ਇਲੈਕਸ਼ਨਸ ਦੇ ਵਿੱਚ ਪਹਿਲਾਂ ਤੋਂ ਚੱਲਿਆ ਆ ਰਿਹਾ ਕਿ ਆਪਾਂ ਪੈਸੇ ਦੇ ਦਿਓ ਜਾਂ ਕੁਛ ਹੋਰ ਚੀਜ਼ਾਂ ਕਰਕੇ ਇਲੈਕਸ਼ਨਸ, ਨਹੀਂ, ਉਹਨਾਂ ਚੀਜ਼ਾਂ ਨੂੰ ਅਵੋਇਡ ਕਰਨ ਲਈ ਹੀ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹੀ ਤੁਸੀਂ ਇਹੋ ਜਿਹੇ ਲੋਕਾਂ ਨੂੰ ਦੇਖੋ ਆਪਣੇ ਪਿੰਡ ਦੇ ਵਿੱਚ ਜਿਨ੍ਹਾਂ ਦੇ ਵਿੱਚ ਕੈਲੇਬਰ ਹੈਗਾ ਤੁਹਾਡੇ ਪਿੰਡ ਵਿੱਚ ਚੰਗਾ ਕੰਮ ਕਰਨ ਦਾ, ਤੁਹਾਡੇ ਪਿੰਡ ਨੂੰ ਅੱਗੇ ਲੈ ਕੇ ਜਾਣ ਦਾ। ਇਸ ਲਈ ਉਹਨਾਂ ਨੂੰ ਅੱਗੇ ਲੈ ਕੇ ਆਉਣ ਦੀ ਅਪੀਲ ਹੈ ਜਿਹੜੀ ਕੀਤੀ ਜਾ ਰਹੀ ਹੈ। ਹੁਣ ਤੱਕ ਦਾ ਸਰਪੰਚੀ ਦਾ ਸਫ਼ਰ ਤੁਹਾਡਾ ਕਿਵੇਂ ਦੇ ਰਿਹਾ, ਕਿਸ ਤਰ੍ਹਾਂ ਦੀ ਮੁਸ਼ਕਲਾਂ ਤੁਸੀਂ ਦੇਖੀਆਂ ਨੇ, ਕਿਸ ਤਰ੍ਹਾਂ ਦੀ ਹਰਡਲਸ ਇਸ ਵੇਲੇ ਦੇਖੀਆਂ ਨੇ? ਜੀ, ਮੇਰਾ ਜਿਹੜਾ ਇਹ ਜਰਨੀ ਰਹੀ ਹੈ ਮੇਰੀ ਬਹੁਤ ਵਧੀਆ ਰਹੀ ਆ, ਠੀਕ ਹੈ ਜੀ। ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ, ਮੈਨੂੰ ਜਿਨ੍ਹਾਂ ਚੀਜ਼ਾਂ ਬਾਰੇ ਬਿਲਕੁਲ ਵੀ ਨਹੀਂ ਕਦੇ ਨੌਲੇਜ ਹੋਣੀ ਸੀ, ਮੈਨੂੰ ਲੱਗਦਾ ਉਹ ਇਸ ਐਕਸਪੀਰੀਅੰਸ ਤੋਂ ਮਿਲੀ। ਗਰਾਊਂਡ ਲੈਵਲ 'ਤੇ ਲੋਕਾਂ ਨਾਲ ਕੰਮ ਕਰਕੇ ਚੰਗਾ ਲੱਗਿਆ ਮੈਨੂੰ, ਠੀਕ ਹੈ। ਇਸ ਦੇ ਨਾਲ ਨਾਲ, ਠੀਕ ਹੈ ਜੀ, ਕੁਛ ਮੁਸ਼ਕਲਾਂ ਵੀ ਆਉਂਦੀਆਂ ਨੇ ਕਿਉਂਕਿ ਤੁਸੀਂ ਇੱਕ ਯੰਗ ਹੋ, ਠੀਕ ਹੈ, ਤੁਸੀਂ ਸੋਚਦੇ ਹੋ ਕਿ ਪਿੰਡ ਵਿੱਚ ਮੈਂ ਬਹੁਤ ਸਾਰਾ ਕੁਛ ਕਰਨਾ, ਪਰ ਉਹ ਕਿਵੇਂ ਕੀਤਾ ਜਾਊਗਾ? ਪਹਿਲੀ ਗੱਲ, ਤੁਹਾਨੂੰ ਨੌਲੇਜ ਨਹੀਂ ਹੈਗੀ, ਤਾਂ ਤੁਸੀਂ ਫਿਰ ਦੇਖਦੇ ਹੋ ਕਿ ਕਿੱਧਰ ਮੈਂ ਇਹ ਨੌਲੇਜ ਲੈ ਸਕਦੀ ਹਾਂ, ਹੈ ਨਾ, ਕਿੱਦਾਂ ਮੈਂ ਕੰਮ ਕਰ ਸਕਦੀ ਹਾਂ। ਅਤੇ ਇਹਦੇ ਵਿੱਚ ਹੈਗਾ ਕਿ ਮੈਂ ਆਪਣੇ ਆਪ ਨੂੰ ਲੱਕੀ ਮੰਨਦੀ ਹਾਂ ਕਿ ਸਾਡੇ ਕੋਲ ਪਰਮਜੀਤ ਸਿੰਘ ਪੰਚਾਇਤ ਸਕੱਤਰ ਆਈ, ਜਿਨ੍ਹਾਂ ਨੇ ਮੈਨੂੰ ਕੰਮ ਕਰਨਾ ਸਿਖਾਇਆ ਔਰ ਜਿਨ੍ਹਾਂ ਦੀ ਬਦੌਲਤ ਸਾਨੂੰ ਨੈਸ਼ਨਲ ਅਵਾਰਡਸ ਮਿਲੇ। ਔਰ ਦੂਜਾ, ਜਦੋਂ ਪਲੈਨਸ ਇੰਨੇ ਹੁੰਦੇ ਆ ਤਾਂ ਤੁਹਾਨੂੰ ਇੱਕ ਪਿੰਡ ਦੇ ਵਿੱਚ ਕੰਮ ਕਰਨ ਲਈ ਹੈ ਜਿਹੜਾ ਚਾਹੀਦਾ ਹੈਗਾ ਕਿ ਫੰਡਸ ਦੀ ਜ਼ਰੂਰਤ ਹੁੰਦੀ ਹੈ, ਤਾਂ ਉਹ ਤੁਸੀਂ ਫਿਰ ਜਦੋਂ ਤੁਸੀਂ ਆਪਣੇ ਪਲੈਨਸ ਬਾਰੇ ਲੋਕਾਂ ਨੂੰ ਦੱਸਦੇ ਹੋ ਤਾਂ ਹੌਲੀ ਹੌਲੀ ਜਿਹੜਾ ਲੋਕ ਤੁਹਾਡੇ ਨਾਲ ਜੁੜਨ ਲੱਗ ਜਾਂਦੇ ਆ, ਠੀਕ ਹੈ ਜੀ। ਇਸ ਤਰ੍ਹਾਂ ਨਾਲ ਫਿਰ ਤੀਜੀ ਚੀਜ਼ ਜੇ ਮੈਂ ਗੱਲ ਕਰਾਂ ਤਾਂ ਇਹ ਹੁੰਦਾ ਕਿ ਸਮਾਜ
ਦੇ ਵਿੱਚ ਬਦਲਾਵ ਲੈ ਕੇ ਆਈਏ। ਤਾਂ ਪਰ ਉਹ ਚੀਜ਼ ਥੋੜ੍ਹੀ ਔਖੀ ਹੁੰਦੀ ਹੈ, ਕਿਉਂਕਿ ਮੈਨੂੰ ਵੀ ਐਜ਼ ਅ ਫੀਮੇਲ ਸਰਪੰਚ ਇਹ ਚੀਜ਼ ਫੇਸ ਕਰਨ ਨੂੰ ਮਿਲੀ ਹੈ ਕਿ ਕੋਈ ਘਰ ਆਉਂਦਾ ਮੇਰੇ ਸਾਹਮਣੇ, ਮੈਨੂੰ ਇਹ ਕਹਿ ਦਿੰਦੇ ਆ ਬੇਟਾ ਸਰਪੰਚ ਸਾਹਿਬ ਘਰ ਨੇ। ਠੀਕ ਹੈ, ਉਹ ਚੀਜ਼ ਤਾਂ ਹੀ ਹੋ ਸਕਦੀ ਹੈ ਜੇ ਤੁਹਾਡੀ ਫੈਮਿਲੀ ਵੀ ਸਟੈਂਡ ਲੈਂਦੀ ਹੈ ਅਤੇ ਤੁਹਾਡੇ ਜਿਹੜਾ ਪਿੰਡ ਵੀ ਲੋਕ ਸਟੈਂਡ ਲੈਂਦੇ ਇਸ ਚੀਜ਼ ਨੂੰ ਸਮਝਦੇ ਆ। ਕਿਉਂਕਿ ਮੇਰੇ ਪਾਪਾ ਨੇ ਫਿਰ ਇਹ ਕਿਹਾ ਕਿ ਭਾਈ ਸਰਪੰਚ ਮੈਂ ਨਹੀਂ, ਸਰਪੰਚ ਮੇਰੀ ਬੇਟੀ ਆ। ਇਹ ਬਹੁਤ ਵੱਡੀ ਗੱਲ ਹੈਗੀ ਹੈ। ਠੀਕ ਹੈ ਜੀ, ਅਤੇ ਉਹ ਚੀਜ਼ਾਂ ਜਿਹੜੀਆਂ ਮੈਂ ਚਾਹੁੰਦੀ ਹਾਂ ਸਮਾਜ 'ਚ ਬਦਲਾਵ ਆਵੇ, ਉਹ ਇਸੇ ਤਰ੍ਹਾਂ ਹੀ ਆਊਗਾ ਜੇ ਤੁਸੀਂ ਸਟੈਂਡ ਲੈਂਦੇ ਹੋ, ਫਿਰ ਤੁਹਾਡੀ ਫੈਮਿਲੀ ਤੁਹਾਨੂੰ ਸਪੋਰਟ ਕਰਦੀ ਐਂਡ ਹੌਲੀ ਹੌਲੀ ਚੀਜ਼ਾਂ ਬਦਲ ਦਿੰਦੀਆਂ। ਕਿਉਂਕਿ ਜਦ ਵੀ ਸਰਕਾਰ ਬਣਨੀ ਹੁੰਦੀ ਹੈ, ਪੰਚਾਇਤਾਂ ਚੋਣਾਂ ਤੋਂ ਹੀ ਸ਼ੁਰੂਆਤ ਹੁੰਦੀਆਂ ਨੇ। ਹੁਣ ਜੇ ਤੁਸੀਂ ਕਹਿ ਰਹੇ ਹੋ ਕਿ ਚੋਣਾਂ ਜੇ ਨੇ ਲੋਕ ਆਪਸ ਦੇ ਵਿਚਕਾਰ ਸਾਂਝ ਪਾ ਕੇ ਪੰਚਾਇਤਾਂ ਦੀ ਚੋਣਾਂ ਕਰ ਲੈਣ, ਲੇਕਿਨ ਜਦ ਫੰਡਸ ਦੀ ਗੱਲ ਆਉਂਦੀ ਸੀ, ਫੰਡਸ ਦੀ ਜਦ ਗੱਲ ਕੀਤੀ ਹੈ, ਕੋਈ ਵਿਧਾਇਕ ਉਹ ਚਾਹੇਗਾ ਕਿ ਉਹਦਾ ਕੰਮ ਜ਼ਿਆਦਾ ਨਜ਼ਰ ਆਏ, ਨਾ ਕਿ ਸਰਪੰਚ ਦਾ। ਕਿਉਂਕਿ ਕਿਤੇ ਨਾ ਕਿਤੇ ਫੰਡਸ ਤਾਂ ਉਹ ਲੈ ਕੇ ਆਇਆ ਸਰਕਾਰ ਤੋਂ, ਉਹ ਚਾਹੂਗਾ ਕਿ ਮੈਂ ਇੱਦਾਂ ਕਰੂੰਗੀ। ਇਹ ਜੀ ਲੜਾਈ, ਇਸ ਨੂੰ ਕਿਵੇਂ ਵੇਖਦੇ ਹੋ ਜੀ? ਇਹ ਲੜਾਈ ਚੱਲਦੀ ਰਹੂਗੀ, ਪੋਲੀਟੀਕਲ ਟਸਲ ਹੈ ਜਿਹੜੀ, ਓਬਵੀਅਸਲੀ ਗੱਲ ਹੈ, ਚੱਲਦੀ ਰਹੂਗੀ ਇਸ ਦੇ ਵਿੱਚ। ਪਰ ਅਸੀਂ ਜਿਹੜੀ ਗੱਲ ਮੇਨ ਕਰ ਰਹੇ ਹਾਂ ਕਿ ਆਪਾਂ ਉਹੋ ਜਿਹੀਆਂ ਪੰਚਾਇਤਾਂ ਨਾ ਹੋਣ ਜਿਹੜੀਆਂ ਸਿਰਫ ਲੀਡਰਸ ਦੇ ਪਿੱਛੇ ਲੱਗ ਕੇ ਆਪਣੇ ਪਿੰਡ ਦੇ ਵਿੱਚ ਨਾ ਕੰਮ ਕਰਨ ਜਾਂ ਪਿੰਡ ਦੇ ਵਿੱਚ ਹੁੰਦੇ ਕੰਮ ਨੂੰ ਰੋਕਣ। ਠੀਕ ਹੈ ਨਾ, ਇਹ ਚੀਜ਼ਾਂ ਆਪਾਂ ਇਹ ਕਹਿ ਰਹੇ ਹਾਂ, ਲੋਕਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਦੋਂ ਕੋਈ ਕੰਮ ਹੋ ਰਿਹਾ ਉਹਨੂੰ ਤੁਸੀਂ ਰੋਕਣ ਦੀ ਕੋਸ਼ਿਸ਼ ਨਾ ਕਰੋ। ਠੀਕ ਹੈ, ਉਹਨੂੰ ਹੋਣ ਦਿਓ, ਫਿਰ ਦੇਖੋ ਵੀ ਉਹ ਠੀਕ ਹੋਇਆ ਗਲਤ ਹੋਇਆ। ਠੀਕ ਹੈ, ਉਹਦੇ ਵਿੱਚ ਕੀ ਕਮੀਆਂ ਨੇ ਉਹਨਾਂ ਨੂੰ ਸੋਲਵ ਕਰੋ। ਇਹ ਜਿਹੜੀ ਟਸਲ ਹੈ ਇਹ ਤਾਂ ਚੱਲਦੀ ਰਹਿਣੀ ਆ, ਪਰ ਜੇ ਲੋਕ ਅਵੇਅਰ ਹੋ ਜਾਣਗੇ ਕਿਤੇ ਨਾ ਕਿਤੇ ਇਸ ਚੀਜ਼ ਦਾ ਪ੍ਰਭਾਵ ਹੈ ਜਿਹੜਾ ਉਹ ਬਹੁਤ ਘੱਟ ਜਾਏਗਾ। ਅਤੇ ਇਹੋ ਜਿਹੇ ਲੀਡਰਸ ਨੂੰ ਚੁਣਨਗੇ ਜੋ ਕਿ ਥੋੜ੍ਹਾ ਪੋਲੀਟੀਕਲੀ ਨਿਊਟਰਲ ਹੋਣਗੇ। ਪਿੰਡਾਂ ਦੇ ਵਿਚਕਾਰ ਨਸ਼ਾ ਬਹੁਤ ਜ਼ਿਆਦਾ ਹੈ, ਪਰ ਸ਼ਹਿਰ 'ਚ ਨਹੀਂ ਕਹਿ ਸਕਦੇ, ਪਿੰਡਾਂ ਦੇ ਵਿਚਕਾਰ ਵੀ ਵੱਖ ਵੱਖ ਤਰ੍ਹਾਂ ਦਾ ਨਸ਼ਾ ਹੈਗਾ। ਪੰਚਾਇਤਾਂ ਨੂੰ ਪਤਾ ਹੁੰਦਾ ਕਿਸ ਦੇ ਘਰ ਦੇ ਵਿਚਕਾਰ ਕਿਹੜੀ ਥਾਂ, ਮੈਮ ਵੀ ਕਹਿ ਚੁੱਕੇ ਨੇ, ਸਭ ਪਤਾ ਹੁੰਦਾ ਕਿਸਦੇ ਕੀ ਚੱਲਦਾ। ਤਾਂ ਫਿਰ ਅਸੀਂ ਸਿੱਧੇ ਤੌਰ 'ਤੇ ਕਹੀਏ ਕਿ ਪੰਚਾਇਤਾਂ ਨੂੰ ਸਭ ਪਤਾ ਹੁੰਦਾ, ਲੇਕਿਨ ਅਸੀਂ ਨਸ਼ੇ ਨੂੰ ਲੈ ਕੇ ਹਮੇਸ਼ਾ ਸਰਕਾਰ ਨੂੰ ਕੋਸਦੇ ਨੇ ਕਿ ਸਰਕਾਰ ਕੁਛ ਨਹੀਂ ਕਰ ਰਹੀ ਹੈ, ਪੁਲਿਸ ਕੁਛ ਨਹੀਂ ਕਰ ਰਹੀ ਹੈ, ਤਾਂ ਅਸੀਂ ਪੰਚਾਇਤਾਂ ਤੋਂ ਦੋਸ਼ ਲਈ, ਕਿਉਂਕਿ ਪੰਚਾਇਤਾਂ ਨੂੰ ਪਤਾ ਕਿਸ ਘਰ ਦੇ ਵਿਚਕਾਰ ਕੀ ਕੁਛ ਚੱਲ ਰਿਹਾ। ਦੇਖੋ, ਇਕੱਲੀਆਂ ਪੰਚਾਇਤਾਂ ਨੂੰ ਨਹੀਂ, ਸਾਰੇ ਪੁਲਿਸ ਡਿਪਾਰਟਮੈਂਟ ਨੂੰ ਵੀ ਪਤਾ ਹੁੰਦਾ। ਪਰ ਇਹ ਚੀਜ਼ ਹੈ ਕਿ ਆਪਾਂ ਇਕੱਲੇ ਉਹਨਾਂ ਨੂੰ ਨਹੀਂ ਨਾ ਕਹਿ ਸਕਦੇ, ਅਸੀਂ ਆਮ ਲੋਕ ਵੀ। ਠੀਕ ਹੈ, ਜੇ ਸਾਰੇ ਇਕੱਠੇ ਹੋ ਕੇ, ਸਾਰਾ ਮਹਿਕਮਾ ਇਕੱਠੇ ਹੋ ਕੇ ਕੰਮ ਕਰੂਗਾ ਇਸ ਦੇ ਖਿਲਾਫ਼, ਤਾਂ ਹੀ ਕੋਈ ਮੁਸ਼ਕਲ ਦਾ ਹੱਲ ਹੋ ਸਕਦਾ। ਜੇ ਆਪਾਂ ਇਕੱਲੇ ਇੱਕ ਜਣੇ ਦੀ ਜ਼ਿੰਮੇਵਾਰੀ ਲਾ ਦਾਂਗੇ ਤਾਂ ਪ੍ਰੋਬਲਮ ਹੱਲ ਨਹੀਂ ਹੁੰਦੀ। ਪਿੱਛੇ ਜੇ ਮੈਂ ਇੱਕ ਨਿਊਜ਼ ਵੀ ਵੇਖੀ ਸੀ ਕਿ ਇੱਕ ਸਰਪੰਚ ਸਾਹਿਬਾਨ ਨੇ ਕੁਛ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ 'ਤੇ ਹਮਲੇ ਵਗੈਰਾ ਹੋ ਗਏ। ਤਾਂ ਫਿਰ ਜਦੋਂ ਉਹ ਇਕੱਲੇ ਅੱਗੇ ਆ ਕੇ ਕੰਮ ਕਰਨਗੇ ਤਾਂ ਓਬਵੀਅਸਲੀ ਗੱਲ ਹੈ ਜੀ, ਚੀਜ਼ਾਂ ਫੇਸ ਕਰਨੀਆਂ ਪੈਣਗੀਆਂ। ਪਰ ਜਦੋਂ ਸਾਰੇ ਜਣੇ ਪਿੰਡ ਦੇ ਲੋਕ ਹੋ ਗਏ, ਡਿਪਾਰਟਮੈਂਟ ਹੋ ਗਿਆ, ਮਹਿਕਮਾ ਪੁਲਿਸ ਮਹਿਕਮਾ ਹੋ ਗਿਆ, ਪੰਚਾਇਤ ਹੋ ਗਈ, ਸਾਰੇ ਜਣੇ ਜਦੋਂ ਇਕੱਠੇ ਹੋ ਕੇ ਕਿਸੇ ਇੱਕ ਚੀਜ਼ ਦੇ ਮਗਰ ਪੈਣਗੇ ਤਾਂ ਜ਼ਰੂਰਤ, ਮਤਲਬ ਓਬਵੀਅਸਲੀ ਤੁਸੀਂ ਉਸ ਚੀਜ਼ ਨੂੰ ਪਰੇ ਕਰ ਸਕਦੇ ਹੋ, ਉਸਦਾ ਹੱਲ ਲੱਭ ਸਕਦੇ ਹੋ। ਤੁਸੀਂ ਕਹਿ ਰਹੇ ਹੋ ਕਿ ਕੋਈ ਇੱਕ ਬੰਦਾ ਅੱਗੇ ਆਵੇ ਅਤੇ ਉਹਦੇ ਨਾਲ ਸਰਨਾ ਨਹੀਂ ਹੈਗਾ, ਸਾਰਿਆਂ ਨੂੰ ਮਿਲ ਕੇ ਆਉਣਾ ਪੈਣਾ। ਲੇਕਿਨ ਇਸ ਦੇ ਵਿਚਕਾਰ ਅਸੀਂ ਇਹ ਵੀ ਚੀਜ਼ਾਂ ਦੇਖੀਆਂ ਨੇ ਕਿ ਜਦ ਕਿਸੇ ਦੇ ਖਿਲਾਫ਼ ਕੁਛ ਕਰਨਾ ਹੁੰਦਾ, ਆਪਾਂ ਫਿਰ ਤੱਥ ਕੱਢ ਕੇ ਸਾਹਮਣੇ ਲਿਆਉਂਦੇ ਕਿ ਇਹ ਤਾਂ ਗਲਤ ਬੰਦਾ ਹੈ ਜੀ, ਇਹਨੂੰ ਤਾਂ ਸਲਾਖਾਂ ਪਿੱਛੇ ਪਾਉਣਾ ਚਾਹੀਦਾ। ਅਤੇ ਉਸ ਚੀਜ਼ ਨੂੰ ਕਿਵੇਂ ਵੇਖਦੇ ਹੋ, ਕਿਤੇ ਨਾ ਕਿਤੇ ਅੰਦਰੂਲੀ ਟਸਲਸ ਨੂੰ ਲੈ ਕੇ ਜੇ ਪ੍ਰੋਬਲਮਸ ਆਉਂਦੀਆਂ, ਉਸ ਨੂੰ ਕਿਵੇਂ ਵੇਖਦੇ ਹੋ ਜੀ? ਇਸੇ ਲਈ ਤਾਂ ਆਪਾਂ ਕਹਿ ਰਹੇ ਹਾਂ ਨਾ ਕਿ ਜਿਹੜੀਆਂ ਟਸਲਸ ਤੋਂ ਉੱਪਰ ਉੱਠ ਕੇ ਆਪਾਂ ਆਪਣੇ ਜਿਹੜੇ ਲੀਡਰਸ ਨੂੰ ਚੁਣੀਏ। ਜਦੋਂ ਆਪਾਂ ਇਹੋ ਜਿਹੇ ਕੈਲੇਬਰ ਵਾਲੇ ਲੀਡਰਸ ਚੁਣਾਂਗੇ ਜਿਹੜੇ ਇਹ ਫੈਸਲੇ ਨਹੀਂ ਕਰਨਗੇ ਕਿ ਵੀ ਫਲਾਨਾ ਮੇਰੇ ਸਾਈਡ ਦਾ ਜਾਂ ਉਹ ਉੱਧਰਲੀ ਸਾਈਡ ਦਾ ਹੈਗਾ, ਹੈ ਨਾ, ਉਸ ਚੀਜ਼ ਨੂੰ ਨਹੀਂ ਬਲਕਿ ਚੀਜ਼ ਦੇਖ ਕੇ, ਰੀਜ਼ਨ ਦੇਖ ਕੇ, ਠੀਕ ਹੈ ਵੀ ਜੇ ਇਹ ਗਲਤ ਹੈ ਸਹੀ ਹੈ ਉਸ ਦੇ ਉੱਪਰ ਫੈਸਲਾ ਕਰਨਗੇ, ਤਾਂ ਇਹੋ ਜਿਹੇ ਆਪਾਂ ਲੀਡਰਸ ਨੂੰ ਜਿਹੜਾ ਲੈ ਕੇ ਅੱਗੇ ਆਈਏ।
ਔਰ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਇਸ ਸੈਸ਼ਨ ਦੀ, ਜੋ ਦੱਸ ਰਹੇ ਸੀ ਕਿ ਨਿਰਪੱਖ ਭਾਵਨਾ ਦੇ ਨਾਲ ਸਾਰੇ ਮਿਲ ਕੇ ਕੰਮ ਕਰੀਏ ਤਾਂ ਬਹੁਤ ਸਾਰੀ ਚੀਜ਼ਾਂ ਨੂੰ ਖਤਮ ਕਰ ਸਕਦੇ ਨੇ। ਕੈਮਰਾਮੈਨ ਗਣੇਸ਼ ਦੇ ਨਾਲ ਨੀਰੂ ਬਜਲਵਾਨ, ਦੈਨਿਕ ਸਵੇਰਾ ਟੀਵੀ।